ਸਸਰੀਕਾਲ ਜੀ ਤੁਸੀਂ ਦੇਖ ਰਹੇ ਹੋ ਐਚਐਨ1 ਨਿਊ ਚੈਨਲ ਜਿੱਥੇ ਪੂਰੇ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਚੱਲ ਰਹੀ ਹੈ ਤਾਂ ਇਸ ਨੂੰ ਰੋਕਣ ਲਈ ਜਿੱਥੇ ਡਾਕਟਰਾਂ ਨੇ ਅਹਿਮ ਰੋਲ ਨਿਭਾਇਆ ਹੈ ਤਾਂ ਦੂਜੇ ਪਾਸੇ ਕਈ ਸਮਾਜ ਸੇਵੀਆਂ ਨੇ ਵੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਿਹੜਾ ਅਵੇਅਰਨੈਸ ਕੈਂਪ ਚੜੇ ਚਲਾਇਆ ਸੀ ਉਸ ਤੋਂ ਬਾਅਦ ਕਰੋਨਾ ਮਹਾਮਾਰੀ ਨੂੰ ਕਿਤੇ ਨਾ ਕਿਤੇ ਠੱਲ ਪਾਈ ਜਾ ਸਕੀ ਹੈ ਤਾਂ ਉਸ ਤੋਂ ਬਾਅਦ ਹੁਣ ਨਮੀਆਂ ਜਿਹੜੀਆਂ ਅੱਜਕੱਲ ਮੌਸਮੀ ਬਿਮਾਰੀਆਂ ਚੱਲ ਰਹੀਆਂ ਜਿਦੇ ਵਿੱਚ ਕੀ ਡੇਂਗੂ ਹੈ ਡਾਇਰੀਆ ਹੈ ਤੇ ਟਾਈਫਾਇਡ ਹੈ ਤਾਂ ਜਿਹੜੇ ਮਲੇਰੀਆ ਹੈ ਤਾਂ ਇਦਾਂ ਦੀ ਜਿਹੜੀ ਬਿਮਾਰੀਆਂ ਚੱਲ ਰਹੀਆਂ ਨੇ ਇਸ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿਉਂਕਿ ਲਗਾਤਾਰ ਇਹ ਪੈਰ ਪਸਾਰ ਰਹੀਆਂ ਨੇ ਤਾਂ ਇਨਾਂ ਵਾਸਤੇ ਕੀ ਸੁਝਾਅ ਨੇ ਕਿਵੇਂ ਬਚਿਆ ਜਾ ਸਕਦਾ ਹੈ ਪੂਰੀ ਜਾਣਕਾਰੀ ਸਾਨੂੰ ਦਵਾਂਗੇ ਅੱਜ ਆਪਣੇ ਚੈਨਲ ਰਾਹੀਂ ਤੇ ਸਾਡੇ ਨਾਲ ਬੂਥਗੜ੍ਹ ਤੋਂ ਐਸਐਮਓ ਜਸਕਿਰਨਦੀਪ ਕੌਰ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਮੈਡਮ ਤੁਹਾਡਾ ਚੈਨਲ ਤੇ ਸਵਾਗਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਜੀ ਐਚਐਨ1 ਚੈਨਲ ਦਾ ਤਨਵਾਦ ਕਰਦੀ ਹਾਂ ਕਿ ਤੁਸੀਂ ਆਪਣੀ ਟੀਮ ਦੇ ਨਾਲ ਇੱਥੇ ਲੋਕਾਂ ਦੇ ਵਿੱਚ ਜਾਗਰੂਤਾ ਫੈਲਾਉਣ ਲਈ ਹਾਜ਼ਰ ਹੋਏ ਹੋ ਤੇ ਇਹਦੇ ਵਿੱਚ ਅਵੇਅਰਨੈਸ ਥਰੂ ਸੋਸ਼ਲ ਮੀਡੀਆ ਦੀ ਬਹੁਤ ਲੋੜ ਹੈ ਜੋ ਕਿ ਸਾਡੇ ਵੀ ਫੀਲਡ ਵਰਕਰਸ ਵੱਲੋਂ ਲਗਾਤਾਰ ਜਾਰੀ ਰਹਿੰਦੀ ਹੈ ਤੇ ਅੱਜਕੱਲ ਜਿਹੜੀਆਂ ਚਾਰ ਮੁੱਖ ਬਿਮਾਰੀਆਂ ਚੱਲ ਰਹੀਆਂ ਨੇ ਕਰੋਨਾ ਦੇ ਨਾਲ-ਨਾਲ ਜਿੱਥੇ ਦੇ ਵਿੱਚ ਕੀ ਅਵੇਰ ਨੇ ਲੋਕ ਅੱਜਕੱਲ ਹਰ ਤਰ੍ਹਾਂ ਦੇ ਨਾਲ ਕਰੋਨਾ ਨੂੰ ਠੱਲ ਪਾਉਣ ਦੇ ਵਿੱਚ ਕਾਮਯਾਬ ਹੋਏ ਨੇ ਪਰ ਦੂਜੇ ਪਾਸੇ ਅੱਜਕੱਲ ਡੇਂਗੂ ਸਭ ਤੋਂ ਵੱਡੀ ਬਿਮਾਰੀ ਚੱਲ ਰਹੀ ਹੈ ਡੇਂਗੂ ਦਾ ਬੁਖਾਰ ਹੈ ਜਿਸ ਦੇ ਵਿੱਚ ਕੀ ਕਈ ਪਿਛਲੇ ਸਮਿਆਂ ਦੇ ਵਿੱਚ ਡੇਂਗੂ ਕਾਰਨ ਮੌਤਾਂ ਵੀ ਹੋਈਆਂ ਨੇ ਤਾਂ ਡੇਂਗੂ ਦੇ ਕੀ ਲੱਛਣ ਨੇ ਦਾ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ ਕਿ ਜਿਹੜੇ ਲੋਕ ਇਸ ਤੋਂ ਜਿਹੜੇ ਪੀੜਤ ਨਾ ਹੋਣ ਹਾਂਜੀ ਸਪਨੋ ਜਿਵੇਂ ਕਿ ਹੁਣ ਪਤਾ ਲੱਗ ਹੀ ਚੁੱਕਿਆ ਹੈ ਕਿ ਮਲੇਰੀਆ ਤੇ ਡੈਂਗੂ ਦੇ ਸੀਜ਼ਨ ਦੇ ਵਿੱਚ ਸਾਨੂੰ ਦੋਵਾਂ ਦੇ ਵਿੱਚ ਆਇਡੈਂਟੀਫਾਈ ਕਰਨਾ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਦੋਵੇਂ ਹੀ ਮੱਛਰ ਤੋਂ ਹੋ ਰਹੇ ਨੇ ਤੇ ਜਿਹੜਾ ਡੈਂਗੂ ਹੈਗਾ ਉਹ ਖਾਸ ਤੌਰ ਤੇ ਤੇਜ਼ ਬੁਖਾਰ ਹੱਡ ਪੰਣੀ ਜਾਂ ਉਹਨਾਂ ਨੂੰ ਅੱਗੇ ਚੱਲ ਕੇ ਜਿਉਂ ਜਿਉ ਉਹ ਨਹੀਂ ਠੀਕ ਹੁੰਦੇ ਤਾਂ ਉਹਨਾਂ ਨੂੰ ਹੈਮਰੈਜਿਕ ਫੀਵਰ ਜਿਵੇਂ ਕਿ ਕਹਿ ਲੋ ਕਿ ਉਹਨਾਂ ਦੇ ਰੈਸ਼ਸ ਪੈਦਾ ਹੋ ਜਾਂਦੇ ਨੇ ਤੇ ਪਲੇਟਲੇਟ ਜਿਹੜੇ ਹੈਗੇ ਆ ਉਹ ਘਿਰਨ ਕਰਕੇ ਉਹਨਾਂ ਦੀ ਜਿਹੜੀ ਬੋਡੀ ਦੀ ਸ਼ਮਤਾ ਹੈ ਉਹ ਖਰਾਬ ਹੋ ਜਾਂਦੀ ਹੈ ਤਾਂ ਇਸ ਕਰਕੇ ਇਹ ਚਾਹੀਦਾ ਹੈਗਾ ਕਿ ਇਹ ਜਿਹੜੇ ਪਹਿਲਾਂ ਹੀ ਜਦੋਂ ਲੱਛਣ ਆਣ ਲੱਗ ਜਾਣ ਕੋਈ 2-3 ਦਿਨਾਂ ਦਾ ਤੇਜ਼ ਬੁਖਾਰ ਰਹਿ ਰਿਹਾ ਹੈ ਤੇ ਹਟਪੰਣੀ ਹੋ ਰਹੀ ਹੈ ਤੇ ਉਹਨਾਂ ਨੂੰ ਆਪਣਾ ਟੈਸਟ ਕਰਵਾ ਲੈਣਾ ਚਾਹੀਦਾ ਹੈ ਜੋ ਕਿ ਸਾਡੇ ਸਰਕਾਰੀ ਦੇ ਵਿੱਚ ਤੇ ਫ੍ਰੀ ਆਫ ਕਾਸਟ ਹੈ ਅ ਜਿਆਦਾ ਕਰਕੇ ਕਹ ਲੋ ਸੀਐਚਸੀ ਲੈਵਲ ਔਨਵਰਡਸ ਤੇ ਬਾਕੀ ਉਹਨਾਂ ਨੂੰ ਫੀਲਡ ਵਰਕਰ ਵੀ ਜਾਗਰੂਕ ਕਰਦੇ ਨੇ ਜਾ ਕੇ ਇਹ ਜਿਹੜੀ ਬਿਮਾਰੀ ਹੈਗੀ ਹੈ ਇਹ ਜਿਹੜਾ ਹੁੰਦਾ ਆ ਸਾਫ ਪਾਣੀ ਦੇ ਉੱਤੇ ਮੱਛਰ ਦੇ ਜਿਹੜਾ ਐਡੀਜ਼ ਮੱਛਰ ਹੈਗਾ ਉਹਦੇ ਬੈਠਣ ਦੇ ਕਰਕੇ ਉਹ ਜਦੋਂ ਆ ਕੇ ਬਾਈਟ ਕਰਦਾ ਹੈ ਤੇ ਉਹਦੇ ਤੋਂ ਹੁੰਦੀ ਹੈ ਤੇ ਸਾਨੂੰ ਇਹ ਚਾਹੀਦਾ ਹੈਗਾ ਕਿ ਸਾਫ ਪਾਣੀ ਵੀ ਜਿਵੇਂ ਪੂਲਰਾਂ ਦਾ ਪਾਣੀ ਹੈ ਔਰ ਹੋਰ ਜੋ ਵੀ ਸਾਡੇ ਕਈ ਵਰੀ ਘੜੇ ਜਾਂ ਕੋਈ ਹੋਰ ਬਰਤਨ ਜਾਂ ਕੋਈ ਸਾਡੇ ਕੋਈ সুইমিং ਪੂਲ ਜਾਂ ਪੌਂਡਸ ਜੋ ਵੀ ਹੈਗੇ ਆ ਉਹਨਾਂ ਦੇ ਪਾਣੀ ਨੂੰ ਅਸੀਂ ਚੇਂਜ ਕਰਦੇ ਰਹੀਏ ਇਹ ਨਹੀਂ ਹੈ ਕਿ ਇੱਕ ਦਿਨ ਭਾਰਤਾਂ ਤੇ ਸਾਨੂੰ ਲੱਗਦਾ ਹੈ ਕਿ ਉਹ ਸਾਫ ਹੈਗਾ ਪਰ ਉਹ ਜਦੋਂ ਉੱਥੇ ਪੈਦਾ ਹੁੰਦਾ ਹੈ ਉਹ ਸਾਨੂੰ ਆਪਣਾ ਅੱਖ ਦੇ ਨਾਲ ਨਹੀਂ ਦਿਖਦਾ ਹੋਏਗਾ ਜਦੋਂ ਉਹਦੇ ਸੈਂਪਲ ਲੈ ਜਾਂਦੇ ਤਾਂ ਉਹਦੇ ਤੋਂ ਜਾਂ ਸਾਡੇ ਜਿਹੜੇ ਚੈੱਕਰ ਹੈ ਉਹ ਜਾਂਦੇ ਆ ਤੇ ਉਹਨਾਂ ਦੇ ਵੱਲੋਂ ਇਹ ਦੇਖਿਆ ਜਾਂਦਾ ਹੈ ਸਾਡੀ ਹੈਲਥ ਡਿਪਾਰਟਮੈਂਟ ਵੱਲੋਂ ਲਗਾਤਾਰਤਾ ਦੇ ਵਿੱਚ ਜਿਹੜੇ ਮੇਲ ਹੈਲਥ ਵਰਕਰ ਸਾਡੀਆਂ ਹੈਲਥ ਟੀਮਾਂ ਆ ਉਹ ਜਾ ਕੇ ਇਹ ਚੈਕਿੰਗ ਕਰਦੀਆਂ ਨੇ ਤੇ ਉਹ ਲੋਕਾਂ ਨੂੰ ਵੀ ਜਾਗਰੂਕ ਕਰਦੇ ਰਹਿੰਦੇ ਆ ਪਰ ਇਸ ਅ ਅੱਜ ਬਾਈਟ ਦੇ ਥਰੂ ਮੈਂ ਇਹ ਕਹਿਣਾ ਚਾਹਦੀ ਆ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਆਮ ਤੌਰ ਤੇ ਅਸੀਂ ਮੰਨਦੇ ਆ ਵੀ ਗੰਦੇ ਪਾਣੀ ਤੇ ਹੋ ਰਿਹਾ ਹੈ ਇੱਕ ਸੈਕਿੰਡ ਨੂੰ ਜੋ ਵੀ ਟੁੱਟੇ ਬਰਤਨ ਡਰਮ ਅਤੇ ਟਾਇਰ ਵਾਧੇ ਆਦੀ ਹੈਗੇ ਆ ਉਹਨਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਸਫਾਈ ਜ਼ਰੂਰੀ ਕਰਦੇ ਰਹਿਣਾ ਚਾਹੀਦਾ ਕੋਸ਼ਿਸ਼ ਕਰੋ ਕਿ ਉਹ ਜੀਆਂ ਚੀਜ਼ਾਂ ਨਾ ਹੀ ਕਲੈਕਟ ਹੋਣ ਪਰ ਜੇ ਹੈਗੀਆਂ ਤੇ ਉਹਨਾਂ ਦੇ ਵਿੱਚ ਸਫਾਈ ਕਰਦੇ ਰਹਿਣਾ ਚਾਹੀਦਾ ਹੈ ਜਾਂ ਫਿਰ ਜਿਹੜਾ ਸੜਿਆ ਹੋਇਆ ਤੇਲ ਹੈ ਉਹ ਵੀ ਪਾਸਕਦੇ ਹੈਗੇ ਆ ਜਿੱਥੇ ਸਾਨੂੰ ਲੱਗਦਾ ਹੈ ਕਿ ਇਹ ਪਾਣੀ ਸਾਡਾ ਜਿਹੜਾ ਹੈਗਾ ਜਿਵੇਂ ਪਸ਼ੂਆਂ ਲਈ ਜਾਂ ਹੋਰ ਕਿਤੇ ਅਸੀਂ ਯੂਜ਼ ਕਰਨਾ ਹੈਗਾ ਤੇ ਬਾਹਰ ਨਿਕਲਣ ਲੱਗਿਆਂ ਸਵੇਰੇ ਸ਼ਾਮ ਖਾਸ ਤੌਰ ਤੇ ਆਪਣੇ ਪੂਰੀ ਬਾਜੂ ਦੇ ਕੱਪੜੇ ਪਾ ਕੇ ਰੱਖੋ ਘਰਾਂ ਚ ਮੱਛਰਦਾਨੀਆਂ ਲਗਾ ਕੇ ਰੱਖੋ ਜੇ ਬੱਚੇ ਵਗੈਰਾ ਬਾਹਰ ਜਾ ਰਹੇ ਹੈ ਤਾਂ ਉਹਨਾਂ ਨੂੰ ਜਿਹੜੇ ਅੱਜਕੱਲ ਚੱਲਦੇ ਹੈਗੇ ਆ ਆਂਟਮੈਂਟਸ ਵਗੈਰਾ ਐਂਟੀ ਰੈਪੈਲੈਂਟ ਬੋਲਦੇ ਇਹਨਾਂ ਨੂੰ ਉਹ ਲੈ ਕੇ ਤੁਸੀਂ ਉਹਨਾਂ ਨੂੰ ਮੀ ਲਗਾ ਕੇ ਆਪਣੀ ਬਾਡੀ ਤੇ ਲਗਾ ਕੇ ਬਾਹਰ ਨਿਕਲ ਸਕਦੇ ਹੋ ਕੋਸ਼ਿਸ਼ ਕਰੋ ਕਿ ਸਭ ਤੋਂ ਪਹਿਲਾਂ ਤਾਂ ਏਰੀਆ ਨੂੰ ਸਾਫ਼ ਕਰੋ ਤੇ ਉਸੇ ਬਚਾ ਲਈ ਆਪਣਾ ਜਿਹੜਾ ਹੈਗਾ ਉਹ ਮੈਥਡ ਅਪ ਕਰੋ ਜੇ ਤੁਹਾਨੂੰ ਬੁਖਾਰ ਰਹਿ ਰਿਹਾ ਤਾਂ ਨੇੜੇ ਵਾਲੇ ਸਿਹਤ ਕੇਂਦਰ ਦੇ ਵਿੱਚ ਆ ਕੇ ਆਪਣੀ ਜਾਂਚ ਕਰਾਓ ਮਲੇਰੀਆ ਵਾਸਤੇ ਡੈਂਗੂ ਵਾਸਤੇ ਔਰ ਹੋਰ ਵੀ ਕਿਉਂਕਿ ਬੁਖਾਰ ਕਿਸੇ ਵੀ ਰੂਪ ਚ ਜਿਹੜਾ ਹੈਗਾ ਉਹ ਤੇਜ਼ ਬੁਖਾਰ ਹੁੰਦਾ ਸਾਨੂੰ ਘਰ ਬੈਠ ਕੇ ਨਹੀਂ ਪਤਾ ਲੱਗ ਸਕਦਾ ਵੀ ਇਹ ਸਾਨੂੰ ਡੈਂਗੂ ਹੋ ਗਿਆ ਜਾਂ ਮਲੇਰੀਆ ਹੋ ਗਿਆ ਜਾਂ ਟਾਈਫਾਇਡ ਹੋ ਗਿਆ ਇਹ ਫਿਰ ਚੈੱਕ ਕਰਾਏ ਤੇ ਹੀ ਪਤਾ ਲੱਗਦਾ ਹੈਗਾ ਡਾਇਰੀਆ ਦੇ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕਈ ਲੋਕਾਂ ਦੇ ਵਿੱਚ ਇਦਾਂ ਦੇ ਡਾਇਰੀਆ ਦੇ ਵੀ ਲੱਛਣ ਆ ਰਹੇ ਨੇ ਉਹਨਾਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਜਾਂ ਫਿਰ ਦੂਜੇ ਪਾਸੇ ਕੀ ਛਣਨੇ ਕਿ ਜਿਹੜੇ ਲੋਕ ਜਿਹੜੇ ਘਰ ਬੈਠੇ ਨੇ ਦੇਖ ਰਹੇ ਨੇ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲ ਸਕੇ ਅ ਡਾਇਰੀਆ ਦੇਖੋ ਕੀ ਹੈਗਾ ਕਿ ਆਪਣੇ ਖਾਣ ਪੀਣ ਦਾ ਸ਼ੁਰੂਆਤ ਜਿਹੜੀ ਹੁੰਦੀ ਹੈ ਡਾਇਰੀਆ ਉਸ ਤੋਂ ਹੁੰਦਾ ਹੈਗਾ ਇਹਦੇ ਵਾਸਤੇ ਵੀ ਸਬ ਤੋਂ ਪਹਿਲਾ ਤਾਂ ਸਾਨੂੰ ਆਪਣੇ ਖਾਣ ਪੀਣ ਆਪਣੇ ਜਿਹੜੇ ਪਾਣੀ ਯੂਜ਼ ਕਰਦੇ ਹੈਗੇ ਆ ਉਹਦੇ ਵਿੱਚ ਸਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਉਹ ਦੀ ਕਲੋਰినੇਸ਼ਨ ਅਸੀਂ ਕਰ ਰਹੇ ਆ ਅਸੀਂ ਆਪਣੀਆਂ ਪਾਣੀ ਦੀਆਂ ਟੈਂਕੀਆਂ ਸਾਫ਼ ਕਰ ਰਹੇ ਆ ਆਪਣੇ ਜਿਹੜੇ ਘਰਾਂ ਦੇ ਵਿੱਚ ਆਪਾਂ ਬਰਤਨਾਂ ਦੇ ਵਿੱਚ ਪਾਣੀ ਪਾਉਂਦੇ ਆ ਆਮ ਤੌਰ ਤੇ ਅਸੀਂ ਬੋਤਲਾਂ ਪਲਾਸਟਿਕ ਦੀਆਂ ਬੋਤਲਾਂ ਵੈਸੇ ਤੇ ਟ੍ਰੈਂਡ ਬਦਲ ਲਿਆ ਹੈਗਾ ਕਿ ਹੌਲੀ ਹੌਲੀ ਕੰਚ ਦੀਆਂ ਬੋਤਲਾਂ 'ਚ ਵਾਪਸ ਆ ਰਹੇ ਆ ਅਸੀਂ ਜਿਵੇਂ ਛੋਟੇ ਬੱਚਿਆਂ ਲਈ ਉਬਾਲਦੇ ਆ ਉਵੇਂ ਸਾਨੂੰ ਚਾਹੀਦਾ ਕਿ ਉਹ ਬੋਤਲਾਂ ਨੂੰ ਅਸੀਂ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਬਰਸ਼ ਮਾਰ ਕੇ ਉਹਨਾਂ ਨੂੰ ਯੂਜ਼ ਕਰੀਏ ਦੀ ਦੂਜੀ ਗੱਲ ਹੈਗੀ ਬਾਹਰ ਜਿਵੇਂ ਆਪਾਂ ਕੱਟੇ ਵੱਡੇ ਫਲ ਰੇੜੀਆਂ ਤੋਂ ਲੈ ਕੇ ਜਾਂ ਹੋਰ ਜਿਹੜੀਆਂ ਚੀਜ਼ਾਂ ਆਪਾਂ ਫਾਸਟ ਫੂਡ ਖੰਨੇ ਆ ਉਹਨਾਂ ਨੂੰ ਖਾਣ ਲੱਗਿਆਂ ਇਹ ਧਿਆਨ ਜ਼ਰੂਰ ਰੱਖਿਏ ਵੀ ਅਸੀਂ ਕੋਈ ਗਲਤ ਚੀਜ਼ ਤਾਂ ਨਹੀਂ ਖਾ ਰਹੇ ਕਿਉਂਕਿ ਉੱਥੋਂ ਫੈਲਦਾ ਹੈਗਾ ਤੀਜੀ ਗੱਲ ਹੈਗੀ ਹੱਥ ਜਿਹੜੇ ਅਸੀਂ ਆਪਣੇ ਬਿਨਾ ਤੋਤੀਆਂ ਕਈ ਵਾਰੀ ਅਸੀਂ ਕਾਲੀ ਨਾਲ ਬਿਨਾ ਹੱਥ ਤੋਤੀਆ ਅੱਜਕਲ ਕੋਵਿਡ ਦੇ ਦੌਰਾਨ ਤੇ ਹੱਥ ਤੇ ਸੈਨੀਟਾਈਜ਼ ਕਰਨ ਤੇ ਤੇ ਤੋਂ ਉਨਤੇ ਬਹੁਤ ਜ਼ਿਆਦਾ ਉਪਰਾਲਾ ਕੀਤਾ ਗਿਆ ਸਭ ਨੂੰ ਜਾਗਰੂਕ ਵੀ ਕੀਤਾ ਗਿਆ ਉਹਦੇ ਵਾਸਤੇ ਸਾਨੂੰ ਚਾਹੀਦਾ ਕਿ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਇਹਦੇ ਵਿੱਚ ਉਹ ਟੈਕਨੀਕ ਵੀ ਜਾ ਕੇ ਪਿੰਡਾਂ 'ਚ ਵੀ ਹਰੇਕ ਆਸ਼ਾ ਨੂੰ ਸਕੂਲਾਂ 'ਚ ਵੀ ਬੱਚਿਆਂ ਨੂੰ ਸਮਝਾਈ ਜਾਂਦੀ ਹੈ ਮਤਲਬ ਹੈਲਥ ਡਿਪਾਰਟਮੈਂਟ ਵੱਲੋਂ ਤਾਂ ਜੋ ਟੀਮਾਂ ਕਰ ਸਕਦੀਆਂ ਉਹ ਕਰ ਰਹੀਆਂ ਹਨ ਪਰ ਇੱਥੋਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਵੀ ਇੱਕ ਵਾਰੀ ਆਪਣੇ ਚੰਗੀ ਤਰ੍ਹਾਂ ਸਮਝ ਲਓ ਵੀ ਹੱਥਾਂ ਨੂੰ ਕਿਵੇਂ ਧੋਣਾ ਹੈ ਖਾਸ ਤੌਰ ਤੇ ਖਾਣ ਤੋਂ ਪਹਿਲਾਂ 2 ਮਿੰਟ ਜੇ ਹੱਥਾਂ ਦੇ ਉੱਤੇ ਲਗਾਵਾਂਗੇ ਚੰਗੀ ਤਰ੍ਹਾਂ ਤਾਂ ਦੀ ਸਾਨੂੰ ਉਹ ਡਾਇਰੀਆ ਔਰ ਹੋਰ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ ਫਿਰ ਇਹਦੇ ਵਿੱਚ ਅਸੀਂ ਜਦੋਂ ਹੈ ਜੇ ਬਾਈ ਚਾਂਸ ਤੁਹਾਨੂੰ ਪਹਿਲੇ ਦਿਨ ਜਾਂ ਦੂਜੇ ਦਿਨ ਇਹ ਸਿੰਪਟਮ ਆ ਜਾਂਦੇ ਆ ਹੁਣ ਡਾਇਰੀਆ ਵੀ ਕਈ ਵਾਰੀ ਰਿਲੇਟਡ ਹੈਗਾ ਕੋਈ ਬੁਖਾਰ ਹੈ ਨਾਲ ਜਾਂ ਕੁਛ ਹੈ ਉਹਦੇ ਵਾਸਤੇ ਤਾਂ ਤੁਸੀਂ ਇਮੀਡੀਏਟਲੀ ਜਲਦੀ ਤੋਂ ਜਲਦੀ ਆਪਣੇ ਨੇੜੇ ਵਾਲੇ ਸਿਹਤ ਕੇਂਦਰ 'ਚ ਜਾ ਕੇ ਜਾਂਚ ਕਰਾਓ ਜੇ ਤੁਹਾਨੂੰ ਲੱਗਦਾ ਕਿ ਸਿਰਫ ਪਤਾ ਹੀ ਲੱਗ ਗਿਆ ਵੀ ਕੱਲ ਮੈਂ ਕੁਝ ਗਲਤ ਖਾ ਲਿਆ ਸੀਗਾ ਉਹਦੇ ਵਾਸਤੇ ਵੀ ਤੁਸੀਂ ਕੋਸ਼ਿਸ਼ ਕਰੋ ਕਿ ORS ਇੱਕ ਹੈਗਾ ਅਵੇਲੇਬਲ ਔਰ ਆਰਾਊਂਡ ਦਾ ਕਾਉਂਟਰ ਸਾਰੇ ਆਸ਼ਾ ਕੋਲ ਵੀ ਹੁੰਦਾ ਹੈਗਾ ਜਾਂ ਆਪਣੇ ਨੇੜੇ ਵਾਲੇ ਸੈਂਟਰ ਤੋਂ ਜਾ ਕੇ ਉੱਥੋਂ ਸ਼ੁਰੂ ਕਰ ਸਕਦੇ ਹੈਗੇ ਆ ਤੇ ਸਰਕਾਰ ਵੱਲੋਂ ਬਹੁਤ ਸਾਰੀਆਂ ਵਧੀਆ ਸਕੀਮਾਂ ਚਲਾਈਆਂ ਗਈਆਂ ਸੀਗੀਆਂ ਜਿਦੇ ਵਿੱਚ ਕੀ ਅਸੀਂ ਫਬਰੀ ਤੇ ਅਗਸਤ ਦੇ ਵਿੱਚ ਸਾਰੇ ਬੱਚਿਆਂ ਨੂੰ 19 ਸਾਲ ਤੱਕ ਦੇ ਬੱਚਿਆਂ ਨੂੰ ਅਲਬੈਂਡਾਜ਼ੋਲ ਦਿੰਦੇ ਹੈਗੇ ਆ ਤਾਂ ਕਿ ਇਹ ਚੀਜ਼ਾਂ ਦੀ ਨੌਬਤ ਨਾ ਹੀ ਆਵੇ ਤਾਂ ਜੇ ਪੇਟ ਦੇ ਵਿੱਚ ਕੀੜੇ ਜਿਹੜੇ ਹੈਗੇ ਆ ਉਹ ਖਰਾਬੀ ਨਹੀਂ ਕਰਨਗੇ ਤਾਂ ਡਾਇਰੀਆ ਵਾਲੀ ਨੌਬਤ ਨਹੀਂ ਆਏਗੀ ਇਸੇ ਤਰ੍ਹਾਂ ਅ ਦੂਜੇ ਪਾਸੇ ਅਸੀਂ ਜ਼ਿੰਕ ਕਾਰਨਰਸ ਵਗੈਰਾ ਕ੍ਰੀਏਟ ਕੀਤੀਆਂ ਛੋਟੇ ਬੱਚਿਆਂ ਲਈ ਜ਼ਿੰਕ ਦੀ ਮਹੱਤਤਾ ਨੂੰ ਵੀ ਦੱਸਦੇ ਹਾਂ ਕਿ ਡਾਇਰੀਆ ਦੇ ਨਾਲ ਜਿਹੜਾ ਜ਼ਿੰਕ ਦਾ ਜਿਹੜੀ ਕਮੀ ਹੈ ਉਹ ਅਸੋਸੀਏਟਡ ਹੈਗੀ ਹੈ ਇਸ ਕਰਕੇ ਉਹਦੇ ਵਾਸਤੇ ਜ਼ਿੰਕ ਕਾਰਨਰਸ ਵੀ ਹੈਗੀਆਂ ਬਹੁਤ ਵੱਡੀ ਸਮੱਸਿਆ ਲੋਕਾਂ ਦੇ ਵਿੱਚ ਆਉਂਦੀ ਹੈ ਕਿ ਟਾਈਫਾਇਡ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਕਿ ਟਾਈਫਾਇਡ ਦਾ ਬੁਖਾਰ ਬਾਰ-ਬਾਰ ਆਂਦਾ ਹੈ ਜਾਂ ਫਿਰ ਟਾਈਫਾਇਡ ਦਾ ਬੁਖਾਰ ਆਉਣ ਦੀ ਨੌਬਤ ਕਿਉਂ ਹੁੰਦੀ ਹੈ ਖਾਣ ਪੀਣ ਕਰਕੇ ਜਿਹੜੀ ਪ੍ਰੋਬਲਮ ਆਉਂਦੀ ਹੈ ਜਿਹੜੀ ਟਾਈਫਾਇਡ ਦੇ ਬੁਖਾਰ ਦੀ ਜਾਂ ਫਿਰ ਹੋਰ ਵੀ ਜਿਹੜਾ ਇਸ ਤੇ ਲੱਛਣ ਨੇ ਕਿ ਜਿਹੜੇ ਟਾਈਫਾਇਡ ਕਰਕੇ ਆਉਂਦੇ ਨੇ ਟਾਈਫਾਇਡ ਵੀ ਜਿਹੜਾ ਹੈਗਾ ਜੀ ਜਿਵੇਂ ਡਾਇਰੀਆ ਦਾ ਦੱਸਿਆ ਹੈਗਾ ਟਾਈਫਾਇਡ ਵੀ ਪੇਟ ਦੀ ਵਿੱਚ ਗਲਤ ਇੱਕ ਸਾਲਮੋਨੇਲਾ ਟਾਈਫਾਈ ਕਰਕੇ ਇੱਕ ਬੈਕਟੀਰੀਆ ਮਤਲਬ ਪੈਦਾ ਹੋ ਜਾਂਦਾ ਹੈਗਾ ਤੇ ਉਹਦੇ ਵਿੱਚ ਸਾਨੂੰ ਨੀਮ ਬੁਖਾਰ ਰਹਿਣ ਲੱਗ ਜਾਂਦਾ ਆ ਜਿਹੜਾ ਕਿ ਤੁਸੀਂ ਆਮ ਤੌਰ ਤੇ ਅਸੀਂ ਉਹਨੂੰ ਇੱਕ ਅੱਧੀ ਪੈਰਾਸੀਟਾਮੋਲ ਲਈ ਜਾਂ ਉਹਨੂੰ ਇਗਨੋਰ ਕਰ ਦਿੱਤਾ ਤੇ ਉਹ ਕਈ ਵਾਰੀ ਕੀ ਹੈ ਚੌਥੇ ਪੰਜਵੇਂ ਦਿਨ ਤੱਕ ਵਿਗਾੜ ਚ ਜਾ ਸਕਦਾ ਜਿਹਦੇ ਵਿੱਚ ਸਾਨੂੰ ਫਿਰ ਐਂਟੀਬਾਇਓਟਿਕ ਜੋ ਕਿ ਇੱਕ ਡਾਕਟਰ ਵੱਲੋਂ ਪ੍ਰੈਸਕ੍ਰਾਈਬ ਕੀਤੀ ਜਾਏਗੀ ਉਹ ਦੇਣੀ ਪੈਂਦੀ ਆ ਸੋ ਇਹਦੇ ਤੋਂ ਬਚਤ ਦੀ ਫੀ ਉਹੀ ਚੀਜ਼ਾਂ ਨੇ ਵੀ ਸਭ ਤੋਂ ਪਹਿਲਾਂ ਤਾਂ ਪੀਣ ਵਾਲਾ ਪਾਣੀ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਠੀਕ ਹੈ ਫਰੂਟ ਵਗੈਰਾ ਬਾਹਰੋਂ ਕੱਟੇ ਹੋਏ ਨਾ ਖਾਓ ਦੁੱਧ ਵਾਲੀਆਂ ਆਈਟਮਜ਼ ਇਹਦੇ ਵਿੱਚ ਦੁੱਧ ਜਿਹੜਾ ਹੈਗਾ ਅਸੀਂ ਸ਼ੁਰੂ ਤੋਂ ਜਿਹੜਾ ਹੈ ਦੇਖੋ ਉਬਾਲ ਕੇ ਪੀਣਾ ਪਨੀਰ ਹੋ ਗਿਆ ਦਹੀਂ ਹੋ ਗਿਆ ਇਹ ਚੀਜ਼ਾਂ ਤੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਔਰ ਇਹਦਾ ਅੰਤਾਂ ਦੇ ਵਿੱਚ ਜਦੋਂ ਉਹ ਪੈਚ ਬਣ ਜਾਂਦੇ ਨੇ ਤੇ ਉਹ ਫਿਰ ਬਾਰ ਬਾਰ ਹੁੰਦਾ ਹੈਗਾ ਇਹਦੇ ਲਈ ਪਹਿਲੇ ਸਿੱਟੇ ਹੀ ਹੈ ਕਿ ਜਦੋਂ ਤੁਹਾਨੂੰ ਦੋ ਤਿੰਨ ਦਿਨ ਤੋਂ ਹੱਡ ਪੰਣੀ ਜਾਂ ਨੀਂਬੂ ਬੁਖਾਰ ਰਹਿ ਰਿਹਾ ਹੈ ਤੇ ਹੋ ਸਕਦਾ ਤੁਹਾਨੂੰ ਉਲਟੀਆਂ ਜਾਂ ਉਹਦੇ ਨਾਲ ਕਈ ਵਾਰੀ ਡਾਇਰੀਆ ਵੀ ਹੋ ਜਾਂਦਾ ਹੈ ਤਾਂ ਤੁਸੀਂ ਨਾਲ ਦੀ ਨਾਲ ਆ ਕੇ ਆਪਣੇ ਸਿਹਤ ਕੇਂਦਰ ਤੇ ਆ ਕੇ ਇਹਦਾ ਜਿਹੜਾ ਹੈਗਾ ਡਾਕਟਰ ਤੋਂ ਸਹੀ ਐਡਵਾਈਸ ਲੈ ਕੇ ਇਹਦਾ ਟੈਸਟ ਹੋ ਕੇ ਹੀ ਪਤਾ ਲੱਗਦਾ ਹੈ ਕਿ ਅਗਲੇ ਬੰਦੇ ਨੂੰ ਟਾਈਫਾਇਡ ਹੈ ਘਰੇ ਬੈਠੇ ਨਹੀਂ ਪਤਾ ਲੱਗਦਾ ਤੇ ਇਹਨੂੰ ਚੈੱਕ ਕਰਵਾਇਆ ਜਾ ਸਕਦਾ ਹੈ ਔਰ ਟਰੀਟਮੈਂਟ ਇਹ ਵੀ ਸਵਾਲ ਵਿੱਚ ਨੇ ਉਹ ਕਹਿੰਦੇ ਕਿ 6 ਮਹੀਨੇ ਬਾਅਦ ਮੁੜ ਤੋਂ ਫੇਰ ਟਾਈਫਾਇਡ ਹੋ ਜਾਂਦਾ ਇਸ ਨੂੰ ਕਿਵੇਂ ਜਿਹੜਾ ਸਦਾਬਹਤ ਛੁਟਕਾਰਾ ਕਿਵੇਂ ਪਾ ਸਕਦੇ ਨੇ ਜਿਹੜੇ ਲੋਕ ਜਨਾਂ ਨੂੰ ਬਾਰ ਬਾਰ ਟਾਈਫਾਇਡ ਹੁੰਦਾ ਹੈ ਉਹ ਜਿਵੇਂ ਕਿ ਮੈਂ ਹੁਣੇ ਹੀ ਦੱਸਿਆ ਹੈਗਾ ਕਿ ਇਹਦੇ ਵਿੱਚ ਜਦੋਂ ਸਾਨੂੰ ਇੱਕ ਵਾਰੀ ਟਾਈਫਾਇਡ ਦਾ ਅਟੈਕ ਹੁੰਦਾ ਹੈ ਸਾਧੀਆਂ ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਹੁੰਦਾ ਹੈ ਆਂਤੜੀਆਂ ਦੇ ਵਿੱਚ ਇਹਦੇ ਉਹ ਪੈਚ ਬਣ ਜਾਂਦਾ ਹੈਗਾ ਤਾਂ ਜੇ ਅਸੀਂ ਪਹਿਲਾਂ ਹੀ ਉਹਨੂੰ ਅੱਛੀ ਤਰ੍ਹਾਂ ਟ੍ਰੀਟਮੈਂਟ ਲਲਾਂਗੇ ਤੇ ਹੋ ਸਕਦਾ ਸਾਨੂੰ ਅੱਗੇ ਜਾ ਕੇ ਨੌਬਤ ਨਾ ਆਵੇ ਕਿ ਉਹ ਦੁਬਾਰਾ ਦੁਬਾਰਾ ਹੋਵੇ ਤੇ ਜਦੋਂ ਅਸੀਂ ਐਂਟੀਬਾਇਓਟਿਕ ਵੀ ਲੰਨੀ ਆ ਉਹਦੇ ਉੱਤੇ ਵੀ ਮੇਰੀ ਇਹੀ ਸਲਾਹ ਹੈ ਕਈ ਵਾਰੀ ਕੀ ਹੁੰਦਾ ਅਸੀਂ ਇੱਥੋਂ ਦਵਾਈ ਲੈ ਕੇ ਗਏ 5 ਦਿਨਾਂ ਦੀ ਤੇ ਅਸੀਂ ਸੋਚਿਆ ਅਸੀਂ ਤੀਜੇ ਇੱਕ ਦਿਨ ਠੀਕ ਹੋ ਗਏ ਆ ਤੇ ਉਹ ਦਵਾਈ ਤਾਂ ਅਸੀਂ ਪੂਰੀ ਖਾਧੀ ਨਹੀਂ ਠੀਕ ਹੈ ਵਿਚੀ ਛੜਤੀ ਜਾਂ ਸਵੇਰੇ ਖਾਲੀ ਤੇ ਸ਼ਾਮੀ ਕਿਹਾ ਚਲੋ ਕੋਈ ਗੱਲ ਨਹੀਂ ਭੁੱਲ ਗਏ ਸਵੇਰੇ ਖਾ ਲਾਂਗੇ ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਉਹ ਅਗਲੇ ਆਉਣ ਵਾਲੇ ਸਮੇਂ 'ਚ ਦੁਬਾਰਾ ਸਾਨੂੰ ਉੱਥੇ ਹੀ ਲੈ ਆਉਂਦੀਆਂ ਤੇ ਉਹ ਹੋ ਸਕਦਾ ਵੱਧ ਕੇ ਆਵੇ ਤਾਂ ਕਰਕੇ ਜਿਹੜਾ ਨੀਮ ਬੁਖਾਰ ਹੈਗਾ ਉਹ ਵਿਧਿਆ ਰਹਿੰਦਾ ਸੋ ਜਦੋਂ ਵੀ ਟ੍ਰੀਟਮੈਂਟ ਲਓ ਉਹਦਾ ਪ੍ਰੋਪਰ ਲਓ ਹੋ ਸਕੇ ਤਾਂ ਮਹੀਨੇ 'ਕ ਬਾਅਦ ਦੁਬਾਰਾ ਇੱਕ ਵਾਰੀ ਟੈਸਟ ਕਰਾ ਲਓ ਕਿ ਹੁਣ ਮੈਂ ਟਾਈਫਾਇਡ ਫ੍ਰੀ ਆ ਨਹੀਂ ਤਾਂ ਅਸੀਂ ਬੁਖਾਰ ਦੇ ਨਾਲ ਹੀ ਘੁੰਮੀ ਜਾਵਾਂਗੇ ਤੇ ਉਹ ਅੰਤਾਂ ਦੇ ਵਿੱਚ ਕਿਤੇ ਨਾ ਕਿਤੇ ਰਹੀ ਜਾਏਗਾ ਐਵੇਂ ਜਿਵੇਂ ਮਲੇਰੀਆ ਵਾਸਤੇ ਵੀ ਮੈਂ ਕਰਨੀ ਆ ਕਿ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਉਹ ਲੀਵਰ ਦੇ ਵਿੱਚ ਹੁੰਦਾ ਹੈ ਨੀਮ ਬੁਖਾਰ ਚੜਦਾ ਹੈ ਅਸੀਂ ਥੋੜੀ ਬੁਤੀ ਦਵਾਈ ਲੈਨੇ ਆ ਠੀਕ ਹੋ ਜਾਂਨੇ ਆ ਪਰ ਉਹ ਬਾਡੀ ਦੇ ਵਿੱਚ ਰਹਿੰਦਾ ਹੈਗਾ ਤੇ ਬੈਟਰ ਇਹੀ ਹੈ ਕਿ ਅੱਛੀ ਤਰ੍ਹਾਂ ਟ੍ਰੀਟਮੈਂਟ ਲਿਆ ਜਾਏ ਉਹਨੂੰ ਉਹ ਇਗਨੋਰ ਨਾ ਕੀਤਾ ਜਾਵੇ ਤਾਂ ਕਿ ਉਹ ਜਦੋਂ ਹੀ ਵੈਸਲੇ ਹੋਵਾਂਗੇ ਫਿਰ ਅਸੀਂ ਲੰਬੀ ਬਿਮਾਰੀ ਚ ਪਏ ਰਵਾਂਗੇ ਬਿਮਾਰੀਆਂ ਨੂੰ ਰੋਕਣ ਵਾਸਤੇ ਸਰਕਾਰਾਂ ਦੇ ਨਾਲ ਨਾਲ ਪਿੰਡਾਂ ਦੀਆਂ ਪੰਚਾਇਤਾਂ ਜਾਂ ਆਮ ਲੋਕਾਂ ਦੀ ਜ਼ਿੰਮੇਵਾਰੀ ਕਿੰਨੀਕ ਬਣਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕੇ ਜਾਂ ਸਾਵਧਾਨੀ ਵਰਤੀ ਜਾਵੇ ਜਿਸ ਤਰੀਕੇ ਨਾਲ ਕਰੋਨਾ ਮਹਾਮਾਰੀ ਦੇ ਸੈਨਟਾਈਜ਼ਰ ਜਿਹੜੀ ਪਿੰਡਾਂ ਦੀ ਪੰਚਾਇਤਾਂ ਨੇ ਸੈਨਟਾਈਜ਼ਰ ਕੀਤਾ ਹੈ ਪਿੰਡਾਂ ਨੂੰ ਲੋਕਾਂ ਨੂੰ ਬਚਾਉਣ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪਰ ਹੁਣ ਮਲੇਰੀਆ ਡੇਂਗੂ ਡਾਇਰੀਆ ਟਾਈਫਾਇਡ ਐਦਾਂ ਦੀ ਬਿਮਾਰੀ ਪਛਾਣਨ ਵਾਸਤੇ ਪਿੰਡਾਂ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਅ ਜਿਵੇਂ ਕਿ ਹਰੇਕ ਹੀ ਬਿਮਾਰੀ ਜਿਹੜੀ ਹੈਗੀ ਆ ਉਹ ਰੋਗ ਇੱਕ ਬੰਦੇ ਤੋਂ ਹੀ ਸ਼ੁਰੂ ਹੁੰਦਾ ਸੋ ਅਸੀਂ ਸਭ ਤੋਂ ਪਹਿਲਾਂ ਦੇਖੋ ਸਾਫ਼ ਸੁਥਰਾ ਲੱਗਣ ਲਈ ਜਦੋਂ ਅਸੀਂ ਨਹਾਉਂਦੇ ਆ ਅਸੀਂ ਸਾਫ਼ ਕੱਪੜੇ ਪਾਉਂਦੇ ਆ ਫਿਰ ਸਾਨੂੰ ਇਹ ਆਪ ਹੀ ਖਿਆਲ ਰੱਖਣੇ ਪੈਣਗੇ ਨਾ ਵੀ ਸਾਡਾ ਆਲਾ ਦਵਾਲਾ ਵੀ ਸਾਫ਼ ਹੈ ਸਾਡਾ ਜਿਵੇਂ ਮੈਂ ਪਹਿਲਾਂ ਸਾਰਾ ਦੱਸਿਆ ਹੈਗਾ ਵੀ ਪਾਣੀ ਜਿਹੜਾ ਹੈਗਾ ਉਹਨੂੰ ਬਦਲਦੇ ਰਹੋ ਪਾਣੀ ਦੇ ਵਿੱਚ ਜਿਵੇਂ ਛੱਪੜਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਗੰਬੂਜ਼ੀਆ ਫਿਸ਼ ਵਗੈਰਾ ਪਾਉਂਦੇ ਆ ਪਹਿਲਾਂ ਹੀ ਅਸੀਂ ਉੱਥੋਂ ਤੱਕ ਗੰਦਗੀ ਨਾ ਆਉਣ ਦੋ ਪਿੰਡਾਂ ਦੇ ਵਿੱਚ ਮੇਰੇ ਹਿਸਾਬ ਨਾਲ ਮੈਂ ਜੇ ਸੋਚਦੀ ਆਂ ਵੀ ਪਿੰਡਾਂ 'ਚ ਛੱਪੜ ਕਿਉਂ ਬਣੇ ਸੀ ਉਦੋਂ ਰੈਜ਼ਰਵਾਇਰ ਲਈ ਕਿ ਸਾਡੇ ਕੋਲ ਇੱਕ ਪਾਣੀ ਦਾ ਰੈਜ਼ਰਵਾਇਰ ਬਣਿਆ ਰਵੇ ਅਸੀਂ ਪਸ਼ੂਆਂ ਨੂੰ ਨਵਾਣਾ ਹੈ ਕਰਨਾ ਲੋਕਾਂ ਨੇ ਐਲਟੀਮੇਟਲੀ ਉੱਥੇ ਕਈ ਵਾਰੀ ਦੇਖੀਦਾ ਕਈ ਪਿੰਡਾਂ ਨੇ ਬਹੁਤ ਸੋਹਣੀ ਡਿਵੈਲਪਮੈਂਟ ਕਰ ਲਈ ਆ ਉਹਨਾਂ ਨੇ ਆਪਣੀਆਂ ਪੰਚਾਇਤੀ ਫੰਡਾਂ 'ਚੋਂ ਕੀਤੀ ਆ ਉਹਨਾਂ ਦਾ ਆਪਣਾ ਸਿਸਟਮ ਹੈ ਪਰ ਕਈ ਪਿੰਡਾਂ ਦੇ ਛੱਪੜ ਅਜੇ ਵੀ ਇੰਨੇ ਗੰਦੇ ਹੈਗੇ ਆ ਸੋ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪ ਜਿਹੜਾ ਉਹ ਮੁਹਿੰਮ ਚਲਾ ਕੇ ਉਹਦੀ ਵੀ ਸਫਾਈ ਕਰਦੇ ਰਹਿਣ ਤਾਂ ਕਿ ਅਸੀਂ ਬਿਮਾਰੀ ਵਾਲੀ ਨੌਬਤ ਤੱਕ ਆਈਈ ਨਾ ਉਵੇਂ ਹੀ ਜਿਵੇਂ ਕਿ ਅਸੀਂ ਫਰਾਈਡੇ ਜਿਹੜਾ ਹੈਗਾ ਸਾਡਾ ਇੱਕ ਡਰਾਈ ਡੇ ਕਰਦੇ ਆ ਹਰ ਇੱਕ ਜਦੋਂ ਇੱਕ ਕਲਚਰ ਕਾਫੀ ਸਾਲਾਂ ਤੋਂ ਚੱਲਦੀ ਆ ਰਹੀ ਹੈ ਇਹ ਵੀ ਸਾਡੀ ਆਪਣੀ ਮਤਲਬ ਐਜ਼ ਅ ਨਾਗਰਿਕ ਮੈਂ ਕਹਾਂਗੀ ਸਾਡੀ ਆਪਣੀ ਨਿੱਜੀ ਉਹਦੇ ਵਿੱਚ ਬਣਦਾ ਹੈਗਾ ਕਿ ਅਸੀਂ ਉਹ ਚੀਜ਼ ਨੂੰ ਰੁਟੀਨ ਬਣਾ ਲਈਏ ਆਪਣੇ ਬੱਚਿਆਂ ਨੂੰ ਸਖਾਈਏ ਕਿ ਫਰਾਈਡੇ ਨੂੰ ਅਸੀਂ ਇਹ ਕੁਲਰ ਸਾਫ ਕਰਨੀ ਹੈ ਫਰਾਈਡੇ ਨੂੰ ਅਸੀਂ ਆਪਣੇ ਘੜਿਆਂ ਦਾ ਇਹ ਕਰਨਾ ਹੈਗਾ ਟਾਇਰ ਦੇਖਣੇ ਆ ਵੀ ਕਿਤੇ ਪਈ ਹੈ ਗੰਦਗੀ ਪਈ ਹੈ ਉੱਥੋਂ ਪਾਣੀ ਚੱਕ ਦੀ ਸੋ ਇਨਾਂ ਵੇ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਹਨ ਉਹ ਹੋਰ ਕੰਮਾਂ ਦੇ ਵਿੱਚ ਵੀ ਫੋਕਸ ਕਰਦੀਆਂ ਨੇ ਤਾਂ ਉਹਨਾਂ ਨੂੰ ਚਾਹੀਦਾ ਹੈ ਵੀ ਆਪਣਾ ਇੱਕ ਮਾਡਲ ਤਿਆਰ ਕਰਨ ਕਿ ਹਫ਼ਤੇ ਦੇ ਵਿੱਚ ਉਹ ਇੱਕ ਦਿਨ ਇਹੋ ਜੀ ਸਾਂਝੀ ਐਕਟੀਵਿਟੀ ਕਰਨ ਸਾਂਝੀ ਐਕਟੀਵਿਟੀ ਕਰਨ ਨਾਲ ਕੀ ਹੁੰਦਾ ਹੈ ਕਿ ਇੱਕ ਦੂਜੇ ਨੂੰ ਕੌਨਫੀਡੈਂਸ ਮਿਲਦਾ ਹੈਗਾ ਸੋ ਜ਼ਿੰਮੇਵਾਰੀ ਤੇ ਉਹਨਾਂ ਦੀ ਹੈ ਹੁਣ ਕੱਪੜੇ ਪਾਣੇ ਵੀ ਜ਼ਿੰਮੇਵਾਰੀ ਬੰਦੇ ਦੀ ਹੈਗੀ ਆ ਪਰਸਨਲ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ ਠੀਕ ਢੰਗ ਦੇ ਮੌਸਮ ਦੇ ਹਿਸਾਬ ਨਾਲ ਅਸੀਂ ਕੱਪੜੇ ਪਾਉਂਦੇ ਹੀ ਆ ਤੇ ਮਛਰਦਾਨੀਆਂ ਵਗੈਰਾ ਦੇ ਦਰਵਾਜ਼ੇ ਚਲੇ ਗਏ ਹੈਗੇ ਆ ਸੋ ਇਹ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ ਸੋ ਸਾਰੀਆਂ ਚੀਜ਼ਾਂ ਖਾਣ ਪੀਣ ਤੋਂ ਲੈ ਕੇ ਕੱਪੜੇ ਪਾਣ ਤੋਂ ਆਲੇ ਦੁਆਲੇ ਦੀ ਸਫਾਈ ਤੋਂ ਹੈ ਹੀ ਜਿਹੜੀ ਹੈ ਨਿੱਜੀ ਜ਼ਿੰਮੇਵਾਰੀ ਹੈ ਤਾਂ ਪੰਚਾਇਤ ਦੀ ਜ਼ਿੰਮੇਵਾਰੀ ਹੈ ਤਾਂ ਸਾਂਝੇ ਤੌਰ ਤੇ ਇਹ ਵੀ ਪੰਚਾਇਤਾਂ ਨੂੰ ਚਾਹੀਦਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਕੋਈ ਸਪੀਕਰ ਬੁਲਾਣ ਜਿਵੇਂ ਕਿਸੇ ਡਾਕਟਰ ਨੂੰ ਬੁਲਾ ਸਕਦੇ ਆ ਜਾਂ ਨੇੜੇ ਵਾਲੇ ਕੋਈ ਜਿਹੜੇ ਪੁਰਾਣੇ ਰਿਟਾਇਰਡ ਪਰਦੇ ਹੁੰਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਜਾਗਰੂਤਾ ਕ੍ਰੀਏਟ ਕਰਵਾ ਸਕਦੇ ਆ ਕਈ ਕਰ ਸਕਦੇ ਹਰੇਕ ਹਰੇਕ ਪਿੰਡ ਇੱਕ ਮਾਡਲ ਵਿਲੇਜ ਬਣ ਸਕਦਾ ਇਸ ਤਰ੍ਹਾਂ ਸਵਾਲ ਹੈ ਹੁਣ ਬੂਥਕਟ ਦੇ ਨੇੜੇ ਜਿਹੜੇ ਪਿੰਡ ਨੇ ਨਿਊ ਚੰਡੀਗੜ੍ਹ ਦੇ ਪਿੰਡ ਨੇ ਜਾਂ ਕਰਾਲੀ ਦੇ ਨੇੜੇ ਦੇ ਪਿੰਡ ਨੇ ਉਹਨਾਂ ਦੇ ਵਿੱਚ ਕਿੰਨੇ ਕੇਸ ਜਿਹੜੇ ਮਲੇਰੀਆ ਡੈਂਗੂ ਜਾਂ ਕੋਈ ਹੋਰ ਜਿਹੜੇ ਇਦਾਂ ਦੇ ਕੇਸ ਆ ਰਹੇ ਨੇ ਟਾਈਫਾਇਰ ਦੇ ਮਲੇਰੀਆ ਦਾ ਸਾਡਾ ਵੈਸੇ ਕਾਫੀ ਸਮੇਂ ਤੋਂ ਕੋਈ ਕੇਸ ਨਹੀਂ ਨਿਕਲਿਆ ਹੈਗਾ ਤੇ ਨਾ ਹੀ ਸਾਡੇ ਕੋਲ ਟਾਈਫਾਇਡ ਦੇ ਜਿਹੜੇ ਕੇਸ ਆ ਰਹੇ ਆ ਰੂਟੀਨ ਵਿੱਚ ਅ ਮਤਲਬ ਪਰ ਸੇ ਹਰ ਰੋਜ਼ OPD ਚ ਇੱਕ ਇੱਕ 1 1 2 2 ਕੇਸਸ ਆਉਂਦੇ ਹੋਣਗੇ ਐਂਡ ਬਾਕੀ ਡੇਂਗੂ ਦਾ ਇਸ ਤਰ੍ਹਾਂ ਹੈਗਾ ਕਿ ਅਜੇ ਤੱਕ ਸਾਡੇ ਏਰੀਆ ਦੇ ਵਿੱਚ ਮਤਲਬ ਮੈਂ ਕਹਾਂਗੀ ਕਿ ਸਾਨੂੰ ਕੋਈ ਕੇਸ ਨਜ਼ਰ ਨਹੀਂ ਆਇਆ ਹੈਗਾ ਤੇ ਜਦੀ ਆਂਦਾ ਹੈਗਾ ਇਹੋ ਜਿਹਾ ਕੇਸ ਫਿਰ ਉਹੀ ਗੱਲ ਹੈ ਕਿ ਸਾਡੀਆਂ ਟੀਮਾਂ ਤਾਂ ਪਹਿਲਾਂ ਹੀ ਆਪਣਾ ਆਰਮੀ ਵਾਂਗੂ ਤਿਆਰ ਬੈਠੀਆਂ ਨੇ ਔਰ ਆਸ਼ਾ ਸਾਡੀ ਪਿੰਡ-ਪਿੰਡ 'ਚ ਹੈ ਮੇਲ ਹੈਲਥ ਵਰਕਰ ਸਾਡੇ ਫੀਮੇਲ ਹੈਲਥ ਵਰਕਰ ਸਾਡੇ ਸੁਪਰਵਾਈਜ਼ਰਸ ਹਮੇਸ਼ਾ ਫੀਲਡ ਦੇ ਨਾਲ ਬਹੁਤ ਟੱਚ 'ਚ ਰਹਿੰਦੇ ਆ ਕੁਝ ਵੀ ਹੋਇਆ ਇਹੋ ਜਿਹਾ ਤਾਂ ਨਾਲ ਦੀ ਨਾਲ ਉਹ ਆਪਣੀ ਜੋ ਰੋਕਥਾਮ ਲਈ ਅਵੇਅਰਨੈਸ ਲਈ ਉਹ ਕਰਦੇ ਆ ਤੇ ਕਰੋਨਾ ਨੂੰ ਲੈ ਕੇ ਪਹਿਲੀ ਡੋਸ ਜਿਸ ਤਰੀਕੇ ਨਾਲ ਲਗਾਤਾਰ ਲੋਕਾਂ ਨੇ ਲਵਾਈਏ ਦੂਜੀ ਡੋਸ ਕਿਵੇਂ ਲੱਗਦਾ ਕਿ ਲੋਕ ਉਸ ਤਰੀਕੇ ਨਾਲ ਅਵੇਅਰਨੈਸ ਹੋ ਕੇ ਦੂਜੀ ਡੋਜ਼ ਲਵਾ ਰਹੇ ਨੇ ਤੁਹਾਡੇ ਇੱਥੇ ਡਿਸਪੈਂਸਰੀ ਦੇ ਵਿੱਚ ਆ ਕੇ ਹਾਂਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈਗਾ ਇੱਥੇ ਬਾਈਟ ਦੇ थ्रू ਮੈਂ ਇਹ ਵੀ ਰਿਕੁਐਸਟ ਕਰਨਾ ਚਾਹੁੰਦੀ ਹਾਂ ਲੋਕਾਂ ਨੂੰ ਕਿ ਸਾਨੂੰ ਮੈਸੇਜ ਵੀ ਆ ਜਾਂਦਾ ਹੈ ਕਈ ਵਾਰੀ ਅਸੀਂ ਇਸ ਤੇ ਫੋਕਸ ਨਹੀਂ ਕਰ ਪਾਉਂਦੇ ਹਲਕੀ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਆਸ਼ਾ ਮੈਲ ਹੈਲਥ ਵਰਕਰ ਫੀਮੇਲ ਹੈਲਥ ਵਰਕਰ ਸਭ ਨੂੰ ਅਵੇਅਰ ਵੀ ਕਰ ਰਹੇ ਹਾਂ ਕਿ ਤੁਹਾਡੀ ਦੂਜੀ ਡੋਜ਼ ਦਾ ਟਾਈਮ ਆ ਗਿਆ ਅਨਾਉਂਸਮੈਂਟ ਵੀ ਕੀਤੀ ਜਾਂਦੀਆਂ ਵੀ ਅਸੀਂ ਇੱਥੇ ਕੈਂਪ ਲਾਉਂਦੇ ਆ ਇਹਨੂੰ ਜਿਆਦਾ ਗੈਪ ਨਾ ਪੈਣ ਦਿਓ ਔਰ 84 ਦਿਨਾਂ ਤੋਂ ਬਾਅਦ ਜਲਦ ਤੋਂ ਜਲਦ ਜਿੱਥੇ ਵੀ ਤੁਸੀਂ ਆ ਕੇ ਜਿੱਥੇ ਵੀ ਨੇੜੇ ਵਾਲਾ ਤੁਹਾਨੂੰ ਸੂਟ ਕਰਦਾ ਹੈ ਸੈਂਟਰ ਉੱਥੇ ਆ ਕੇ ਆਪਣੀ ਕੋਵੀ ਸ਼ੀਲਡ ਦੀ ਦੂਜੀ ਡੋਜ਼ ਜਰੂਰ ਲਗਵਾਓ ਵੈਕਸਿਨ ਦੀ ਦੂਜੀ ਡੋਜ਼ 28 ਦਿਨਾਂ ਬਾਅਦ ਲੱਗਦੀ ਹੈ ਔਰ ਉਹਦੇ ਵਾਸਤੇ ਵੀ ਮੈਂ ਇਹੀ ਲੋਕਾਂ ਨੂੰ ਫੇਰ ਰਿਕਵੈਸਟ ਕਰਾਂਗੀ ਕਿ ਆਪਣੀ ਦੂਜੀ ਡੋਜ਼ ਬਾਰੇ ਜਾਗਰੂਕ ਰਹਿ ਕੇ ਮਤਲਬ ਟਾਈਮ ਨਾਲ ਜਰੂਰ ਲਗਵਾਓ ਜਿਆਦਾ ਗੈਪ ਨਾ ਪੈਣ ਦੋ ਹਾਂ ਜੇ ਤੁਹਾਨੂੰ ਕੋਈ ਵਿੱਚ ਕੋਈ ਬਿਮਾਰੀ ਜਿਵੇਂ ਕਿ ਕਹੋ ਕੋਵਿਡ ਜਾਂ ਮਲੇਰੀਆ ਜਾਂ ਡੈਂਗੂ ਜਾਂ ਟਾਈਫਾਇਡ ਹੋ ਗਿਆ ਹੈ ਤਾਂ ਤੁਸੀਂ ਥੋੜੀ ਦੇਰ ਉਹਨੂੰ ਪੋਸਟਪੋਨ ਕਰ ਸਕਦੇ ਹੋ ਪਰ ਬਿਲਕੁਲ ਇਹ ਨਹੀਂ ਸੋਚਣਾ ਕਿ ਦੂਜੀ ਡੋਜ਼ ਲਗਵਾਈਏ ਹੀ ਨਾ ਸੋ ਆਪਣੇ ਨੇੜੇ ਵਾਲੇ ਸੈਂਟਰ ਤੇ ਜਾ ਕੇ ਦੂਜੀ ਡੋਜ਼ ਕੋਵੀਸ਼ਿਲ 84 ਦਿਨਾਂ ਬਾਅਦ ਤੇ ਕੋਵੈਕਸਿਨ 28 ਦਿਨਾਂ ਬਾਅਦ ਜ਼ਰੂਰ ਲਗਵਾਓ ਡੋਜ਼ ਦੇ ਵਿੱਚ ਜਿਹੜੀ ਕਮੀ ਆਈ ਹੈ ਜਿਸ ਤਰੀਕੇ ਨਾਲ ਅੰਕੜਾ ਘਟ ਰਿਹਾ ਹੈ ਤਾਂ ਕਈ ਲੋਕਾਂ ਦੇ ਵਿੱਚ ਪਹਿਲੀ ਡੋਜ਼ ਦੇ ਨਾਲ ਬੁਖਾਰ ਜਾਂ ਉਹਨਾਂ ਦੇ ਪੈਰ ਦਰਦ ਕਰਨੇ ਪੈਰ ਸੋਜਣ ਹੋਣੀ ਹੈ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਇਸ ਤਰੀਕੇ ਨਾਲ ਡਰ ਦਾ ਮਾਹੌਲ ਬਣ ਗਿਆ ਕਿ ਪਹਿਲੀ ਡੋਜ਼ ਨਾਲ ਮੈਨੂੰ ਇੰਨੀ ਪ੍ਰੋਬਲਮ ਆ ਗਈ ਦੂਜੀ ਡੋਜ਼ ਨਾਲ ਕੋਈ ਹੋਰ ਪ੍ਰੋਬਲਮ ਆ ਗਈ ਐਦਾਂ ਦੀ ਕੋਈ ਨੈਸਟੇਜ ਡੋਜ਼ ਹੁੰਦੀ ਹੈ ਦੂਜੀ ਡੋਜ਼ ਹੁੰਦੀ ਹੈ ਉਹਦੇ ਵਿੱਚ ਕੋਈ ਐਦਾਂ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਕਿਸੇ insan ਨੂੰ ਔਰ ਸਾਡੇ ਤਾਂ ਨੋਟਿਸ ਦੇ ਵਿੱਚ ਅਜੇ ਤੱਕ ਬਹੁਤ ਕੱਟ ਕੇਸਸ ਆਏ ਆ ਤੇ ਔਰ ਹਾਂਜੀ ਉਹਦੇ ਵਿੱਚ ਇਹ ਹੈਗਾ ਕਿ ਜਦੋਂ ਉਹ ਸਾਡੇ ਨੋਟਿਸ 'ਚ ਲਿਆਂਦੇ ਆ ਅਸੀਂ ਉਹਨਾਂ ਨੂੰ ਪਹਿਲਾਂ ਹੀ ਪੈਰਾਸੀਟਾਮੋਲ ਦੀ ਗੋਲੀ ਔਰ ਪਾਣੀ ਵਧ ਪੀਣਾ ਔਰ ਬਾਰਲੇ ਖਾਣੇ ਨਾ ਖਾਣਾ ਔਰ ਹੋਰ ਚੀਜ਼ਾਂ ਤੋਂ ਅਸੀਂ ਕਹਿੰਨੇ ਆ ਕਿ ਤੁਸੀਂ ਆਪਣਾ ਧਿਆਨ ਰੱਖਣਾ ਹੈ ਪਰ ਸਾਡੇ ਕੋਲ ਆ ਕੇ ਬਹੁਤ ਘੱਟ ਲੋਕਾਂ ਨੇ ਇਹ ਗੱਲ ਆਖੀ ਹੈ ਕਿ ਬੁਖਾਰ ਹੋਇਆ ਜਾਂ ਹੱਡ ਬੰਨੀ ਹੋਈ ਹੈ ਔਰ ਜੇ ਪਹਿਲੀ ਡੋਜ਼ ਉਹਨਾਂ ਨੂੰ ਸੂਟ ਕਰ ਰਹੀ ਹੈ ਔਰ ਗਵਰਨਮੈਂਟ ਨੇ ਕੋਈ ਨਿਰਧਾਰਤ ਕੀਤਾ ਹੈ ਤਾਂ ਮੇਰੇ ਹਿਸਾਬ ਨਾਲ ਸਭ ਨੂੰ ਜਿਹੜਾ ਹੈਗਾ ਆ ਕੇ ਆਪਣੀ ਦੂਜੀ ਡੋਜ਼ ਵੀ ਲਗਵਾ ਲੈਣੀ ਚਾਹੀਦੀ ਹੈ ਤੇ ਇਹਦੇ ਵਾਸਤੇ ਜੇ ਕਿਸੇ ਨੂੰ ਕੋਈ ਦਿੱਕਤ ਆਂਦੀ ਵੀ ਹੈ ਤਾਂ ਅਸੀਂ ਹਮੇਸ਼ਾ ਦੱਸਦੇ ਹਾਂ ਕਿ ਟੋਲ ਫ੍ਰੀ ਨੰਬਰ 104 ਗਵਰਨਮੈਂਟ ਵੱਲੋਂ ਬਹੁਤ ਅੱਛੀ ਸਹੂਲਤਾਂ ਮਹੱਈਆ ਕਰਾਈ ਗਈ ਹੈ ਨੇੜੇ ਵਾਲੇ ਸੈਂਟਰ ਤੇ ਤਾਂ ਕਦੇ ਵੀ ਜਾ ਸਕਦੇ ਹਾਂ ਘਰ ਬੈਠੇ ਹੀ ਤੁਸੀਂ ਟੋਲ ਫ੍ਰੀ ਨੰਬਰ ਤੇ ਕਾਲ ਕਰਕੇ ਮੈਡੀਕਲ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਤੁਸੀਂ ਮੈਡੀਕਲ ਸਹਾਇਤਾ ਫੋਨ ਤੇ ਵੀ ਪ੍ਰਾਪਤ ਕਰ ਸਕਦੇ ਆ ਜਾਂ ਤੁਹਾਨੂੰ ਉਹ ਅੱਗੇ ਗਾਈਡ ਕਰ ਦੇਣਗੇ ਵੀ ਤੁਸੀਂ ਕਿੱਥੇ ਜਾਣਾ ਹੈਗਾ ਸੋ ਜੇ ਘਰ ਬੈਠੇ ਤੁਹਾਨੂੰ ਸੁਵਿਧਾ ਹੈਗੀ ਹੈ ਤਾਂ ਜ਼ਰੂਰ ਅਵੇਲ ਕਰਨੀ ਚਾਹੀਦੀ ਹੈ ਦੇ ਸਕਦੇ ਹੋ ਕਿ ਪੂਰੀ ਜਾਣਕਾਰੀ ਇਹਨਾਂ ਨੇ ਚਾਰ ਜਿਹੜੀਆਂ ਮੁੱਖ ਮਵਾਰੀਆਂ ਅੱਜਕੱਲ ਚੱਲ ਰਹੀਆਂ ਹਨ ਜੇ ਦੇ ਵਿੱਚ ਕੀ ਡੈਂਗੂ ਮਲੇਰੀਆ ਡਾਇਰੀਆ ਜਾਂ ਫਿਰ ਟਾਈਫਾਇਡ ਦੀ ਜਿਹੜੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਉਹਨਾਂ ਨੂੰ ਲੈ ਕੇ ਐਸਐਮਓ ਨੇ ਪੂਰੀ ਜਾਣਕਾਰੀ ਦਿੱਤੀ ਹੈ ਜਿਸ ਦੇ ਵਿੱਚ ਕੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੈਲਪਲਾਈਨ ਨੰਬਰ 104 ਨੰਬਰ ਤੇ ਵੀ ਤੁਸੀਂ ਕਾਲ ਕਰਕੇ ਆਪਣੇ ਪ੍ਰੋਬਲਮ ਦੱਸ ਸਕਦੇ ਹੋ ਬਿਮਾਰੀ ਦੱਸ ਸਕਦੇ ਹੋ ਜਿਸ ਦੇ ਨਾਲ ਕੀ ਪੂਰੀ ਜਾਣਕਾਰੀ ਸੁਚਾਰ ਨੰਬਰ ਟੋਲ ਫਰੀ ਨੰਬਰ ਉੱਤੇ ਦਿੱਤੀ ਜਾਵੇਗੀ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਐਸਐਮਓ ਨੇ ਦੱਸਿਆ ਕਿ ਆਲਾ ਦਵਾਲਾ ਸਾਫ਼ ਰੱਖਿਆ ਜਾਵੇ ਪਿੰਡਾਂ ਦੀ ਪੰਚਾਇਤਾਂ ਨੂੰ ਚਾਹੀਦਾ ਹੈ ਦੀ ਛਡਕਾਓ ਕੀਤਾ ਜਾਵੇ ਜਿਹੜੀ ਬਿਮਾਰੀ ਚੱਲ ਰਹੀਆਂ ਇਹਨਾਂ ਤੋਂ ਛਡਕਾਰ ਆ ਜਿਹੜਾ ਲੋਕਾਂ ਨੂੰ ਪਾਇਆ ਜਾਵੇ ਜਿਸ ਤਰੀਕੇ ਨਾਲ ਕਰੋਨਾ ਮਹਾਮਾਰੀ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਅਵੇਰਨੈਸ ਕਰਕੇ ਡਾਕਟਰਾਂ ਨੇ ਤੇ ਸਰਕਾਰ ਨੇ ਇਸ ਕਰੋਨਾ ਮਹਾਮਾਰੀ ਠੱਲ ਪਾਈ ਹੈ ਤਾਂ ਇਹਨਾਂ ਚਾਰ ਬਿਮਾਰੀਆਂ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਨੇ ਬੁਖਾਰ ਦੀਆਂ ਤਾਂ ਇਹਨਾਂ ਤੇ ਵੀ ਕਿਤੇ ਨਾ ਠੱਲ ਪਾਈ ਜਾ ਸਕਦੀ ਹੈ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਵੀ ਵਧੀਆ ਲੱਗੇ ਹੋਵੇ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰਦੇ ਜਿੱਦੇ ਨਾਲ ਕਿ ਹੋਰ ਸਮੇਂ ਦੇ ਵਿੱਚ ਹੋਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਸਕੀਏ ਤੁਹਾਡੇ ਨਾਲ ਕੈਮਰਾਮੈਨ ਸੁਤੰਤ ਦੇ ਨਾਲ ਹਰਤੇਸ਼ ਸਿੰਘ ਤੇ